मेरे दोस्त ने। साड़ी पार्टी चल रही है, प्लीज लीव। मेरे दुश्मन ने मेरा डिवोर्स केस चल रहा, प्लीज लीव। तुसी रुको, रणबीर तू जा। मैं नहीं कहते जानता, इन्हें संगतां नू कह जगराता खत्म हो गया, वधो हुण। कोई नहीं जाएगा, तू जा। ए मेरा घर, सो मेरी मर्जी चल। तुसी जानते हो पंजाबी समझावा। तू किसे भी हालिच नहीं जीतेगा मैथों। हुण तां जित हार दी गेम हो की रहूगी। हरकतों मैं नहीं डरन वाली। मिस हो गया। चल कोई नहीं, वैसे भी प्यास लगी सी, पानी पी लूंगा। गुंजन जी, गुंजन जी, ए की कीता तुसी? कोर्ट दे विच डाइवोर्स दा केस चल रहा, डाइवोर्स दा, ते तुसी? तुसी कुड़ी इन्नी खतरनाक ते भयानक गल्लां कित्थों कढ लैनी है तुसी? आई एम सॉरी, मेरे दोस्तां दे सामने मेरी कारिज मेरी इन्नी बेइज्जती कीती, मैं आपे तो बाहर हो गई। मैडम जे ज़्यादा आपे तो बाहर होवोगे ना तो टाइम नहीं लगना, बहुत जल्दी घर तो बाहर हो जाओगे। तुहानू पता है तुहाडे पति देव ने तुहाडे हसबैंड ने तुहाडे खिलाफ कंप्लेंट नहीं की, उन्हें बयान दिता है कि एक एक्सीडेंट सी, हादसा सी। इहदा मतलब समझ की है, की मतलब होया इहदा? मतलब है कि करमिट दा जवाब तपते हुए पत्थर दे ना दऊगा। हुण की करिए? अरे सॉरी सॉरी सॉरी। कोई ना आ जा। गुंजन जी माई फ्रेंड, दलेर अरबापति दोस्त है मेरा। ए बिजनेस दे विच चला गया, बड़ा बंदा बन गया, पैसा कमा लिया, बड़े बंदे नाल ही बैठना उठना है, तो बड़े बंदे नहीं मिलता सिर्फ। पर असी डेली लंच इकट्ठे करते हैं, अज सानू ज्वाइन करो तुसी लंच ते? प्लीज ज्वाइन अस। नहीं नहीं थैंक्स, मैं चलदी हां, तुसी बस हुण केस संभाल लवो, किते होर ना बिगड़ जाए। नो 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 वरीज, नो वरीज, टेंशन लेनी नहीं तुसी, कोर्ट दे विच उन्हूं मैं संभाल लवांगा, पर घर दे विच तुसी ओह तों संभल के रहना है, ठीक है? ख्याल रखना है तुसी, ते खास तौर ते रात नूं सौण लगे दरवाजा बंद करके सौना है, ओके? समझ गए मेरी गल ना तुसी? ठीक है, हुण तुसी जा सकते हो, बाय। सोहणी है यार। हैं? खतरनाक भी है। Cheers. Yes.
very interesting ha ekdam tadi navi client varga konjam de love marriage hai pehla jada da husband da ode naal na pyar da raah baneya dil to dil da rasta te hun ਇੱਟ ਕੋਤੇ ਦਾ ਵੈਰ ਹੈ ਕੱਲ ਹੀ ਆਪਣੇ ਘਰ ਵਾਲੇ ਨੂੰ ਚੌਪੜ ਕੇ ਹਟੀ ਹੈ ਸੱਚੀ ਪਰ ਯਾਰ ਕੁੜੀ ਬੜੀ ਪਿਆਰੀ ਲੱਗੀ ਆ ਪਿਆਰੀ ਨਿਆਰੀ ਇਹੋ ਜਿਹੀ ਪਿਆਰੀ ਸੂਰਤ ਨਾਲ ਕਿਸੇ ਨੂੰ ਵੀ ਪਿਆਰ ਹੋ ਸਕਦਾ ਹੈ ਬਟ ਵੈਰੀ ਡੇਂਜਰਸ ਖਤਰਨਾਕ ਬਹੁਤ ਹੈ ਯਾਰ ਸਟੋਰੀ ਬੜੀ ਮਜ਼ੇਦਾਰ ਹੈ ਯਾਰ ਅੱਜ ਡਰਿੰਕ ਵਿੱਚ ਇਹਦਾ ਵੀ ਮਜ਼ਾ ਲਿਆ ਜਾਵੇ ਮੈਨੂੰ ਇਹ ਦੱਸ ਇਹ ਮਿਲੇ ਕਿੱਥੇ ਔਰ ਕਿੱਦਾਂ ਇੰਨੇ ਇੰਟਰਸਟਿੰਗ ਤਰੀਕੇ ਨਾਲ ਮਿਲੇ ਕਿ ਜਦੋਂ ਪਹਿਲੀ ਵਾਰੀ ਦੋਨਾਂ ਦੀ ਮੁਲਾਕਾਤ ਹੋਈ ਪ੍ਰਧਾਨ ਜ਼ੁਬਾਨ ਸੰਭਾਲ ਕੇ ਗੱਲ ਕਰੀ ਸਾਡੇ ਨਾਲ ਬੜੀ ਆਈ ਕਰੈਕਟਰ ਦੱਸਣ ਵਾਲੀ ਤੂੰ ਜੱਜ ਲੱਗੀ ਇੱਥੇ ਜੱਜ ਹੁੰਦੀ ਤਾਂ ਏਦਾਂ ਦੇ ਸਾਰੇ ਡੰਗਰ ਕਾਲੇ ਪਾਣੀ ਚੁੰਦੇ ਤੁਹਾਡੇ ਵਰਗੇ ਲੋਕਾਂ ਦਾ ਫੈਸਲਾ ਅਸੀਂ ਹੁਣੇ ਹੀ ਕਰ ਦਿਆਂਗੇ ਦੋ ਛਿੱਤਰ ਪੈਣਗੇ ਤੇ ਸਾਰੀ ਚਰਬੀ ਨਿਕਲ ਜਾਣੀ ਹੈ ਮੈਂ ਵੈਸੇ ਔਰਤਾਂ ਤੇ ਹੱਥ ਨਹੀਂ ਚੱਕਦਾ ਪਰ ਤੇਰੇ ਵਰਗੇ ਡੰਗਰਾਂ ਲਈ ਕੋਈ ਲਿਹਾਜ਼ ਵੀ ਨਹੀਂ ਮੇਰੇ ਕੋਲੇ ਬਹੁਤੀਆਂ ਛਾਲਾਂ ਨਾ ਮਾਰ ਸਾਡੇ ਸ਼ਹਿਰ 'ਚ ਵੈਸੇ ਵੀ ਹਸਪੀਟਲ ਘੱਟ ਨੇ ਡੰਗਰਾਂ ਦੇ ਵੀਰੇ ਛੱਡ ਯਾਰ ਕਿਉਂ ਇਹਨਾਂ ਦਾ ਮੂੰਹ ਲੱਗਦਾ ਇਹਨਾਂ ਨੇ ਤਾਂ ਆਪਣੇ ਖਾਨਦਾਨ ਵਰਗੇ ਦੋਸਤ ਲੱਭੇ ਨੇ ਸਾਰੇ ਹਾਂ ਇਹਨਾਂ ਨੂੰ ਤਾਂ ਦਾਜ ਵਿੱਚ ਰੱਸਾ ਦੇਣਾ ਚਾਹੀਦਾ ਸੀਗਾ ਤੂੰ ਮੇਰੇ ਪਤੀ ਨੂੰ ਥੱਪੜ ਮਾਰਿਆ ਤੇਰੀ ਹਿੰਮਤ ਕਿੱਦਾਂ ਹੋਈ ਨਤਾਸ਼ਾ ਮੈਂ ਤੈਨੂੰ ਸਪੋਰਟ ਕਰ ਰਹੀ ਹਾਂ ਇਹ ਐਸੇ ਲਾਇਕ ਹੈ ਮੈਂ ਇਹਦੀ ਪਤਨੀ ਹਾਂ ਇਹ ਫੈਸਲਾ ਮੈਂ ਕਰਾਂਗੀ ਕਿਸ ਲਾਇਕ ਹੈ ਸ਼ੁਭੂ ਮੈਂ ਬਹਿਕ ਗਈ ਸੀ ਇਹਨਾਂ ਸਾਰਿਆਂ ਨੇ ਸਾਡੀ ਸਿਚੁਏਸ਼ਨ ਦਾ ਫਾਇਦਾ ਚੁੱਕਿਆ ਤੇ ਸਾਨੂੰ ਲੜਾ ਤਾ ਇਹ ਦੋਸਤ ਨਹੀਂ ਇਹ ਤਾਂ ਜੱਲਾਦ ਨੇ ਜੱਲਾਦ ਕੀ ਮੈਂ ਜੱਲਾਦ ਪਿਛਲੇ 4 ਦਿਨਾਂ ਤੋਂ ਇਹਨੂੰ ਮਾਰਨ ਦੇ ਨਵੇਂ ਨਵੇਂ ਤਰੀਕੇ ਤੂੰ ਗੂਗਲ ਤੇ ਲੱਭਦੀ ਪਈ ਸੀ ਤੇ ਮੈਂ ਜੱਲਾਦ ਤੁਹਾਨੂੰ ਦੋਨਾਂ ਨੂੰ ਤਾਂ ਸੂਲੀ ਤੇ ਚੜਾ ਦੇਣਾ ਚਾਹੀਦਾ ਹੈ ਅੱਜ ਤੋਂ ਬਾਅਦ ਦੁਬਾਰਾ ਗਲਤੀ ਨਾਲ ਵੀ ਮੈਨੂੰ ਨਹੀਂ ਮਿਲਣਾ ਵਰਨਾ ਮਰੋ ਸ਼ਿਬੂ ਜੇ ਪਹਿਲੀ ਮੁਲਾਕਾਤ ਇਦਾਂ ਦੀ ਹੋਵੇ ਤਾਂ ਸਟੋਰੀ ਯਾਰ ਉੱਥੇ ਹੀ ਖਤਮ ਹੋਣੀ ਚਾਹੀਦੀ ਇਹ ਦੁਬਾਰਾ ਕਿੱਦਾਂ ਮਿਲ ਗਏ ਉਸ ਤੋਂ ਵੀ ਵੱਡੀ ਗੱਲ ਹੈ ਦੋਸਤ ਕਿੱਦਾਂ ਹੋ ਗਏ ਜਿਵੇਂ ਤੇਰਾ ਇੰਟਰਸਟ ਬਣਿਆ ਹੋਇਆ ਨਾ ਕਹਾਣੀ ਦੇ ਵਿੱਚ ਮੈਨੂੰ ਲੱਗਦਾ ਗੌਡ ਜੀ ਦਾ ਵੀ ਇਹਨਾਂ ਦੀ ਕਹਾਣੀ ਦੇ ਵਿੱਚ ਇੰਟਰਸਟ ਬਣ ਗਿਆ ਸੀ ਆ ਗੁੰਜਨ ਨੂੰ ਚਾਹੀਦਾ ਸੀ ਇੱਕ ਰੈਂਟ ਤੇ ਰੂਮ ਉਹਨੇ ਇੱਕ ਦਿਨ ਅਖਬਾਰ ਦੇ ਵਿੱਚ ਇਸ਼ਤਿਹਾਰ ਪੜ੍ਹਿਆ ਕਿ ਇੱਕ ਥੀਏਟਰ ਆਰਟਿਸਟ ਨੂੰ ਪਾਰਟਨਰ ਚਾਹੀਦਾ ਆਪਣੇ ਰੂਮ ਦੇ ਵਿੱਚ ਰਹਿਣ ਲਈ ਉਹਦੇ ਨਾਲ ਕਿਰਾਇਆ ਸਾਂਝ ਹੋ ਜਾਊਗਾ ਕੂਲ ਸ਼ਾਂਤ ਗੁੰਜਨ ਨੇ ਪੜ੍ਹਿਆ ਤੇ ਬੈਗ ਚੱਕ ਕੇ ਪਹੁੰਚ ਗਈ ਹੈਪੀ ਇਹ ਜ਼ਾਲਿਮ ਦੁਨੀਆ ਸਾਨੂੰ ਕਦੇ ਵੀ ਇੱਕ ਨਹੀਂ ਹੋਣ ਦੇਵੇਗੀ ਪਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਇਹ ਦੁਨੀਆ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਜੇ ਅਸੀਂ ਇੱਥੇ ਨਾ ਮਿਲੇ ਅਸੀਂ ਉੱਪਰ ਜਾ ਕੇ ਜ਼ਰੂਰ ਮਿਲਾਂਗੇ ਮੈਂ ਜਾ ਰਹੀ ਹਾਂ ਨਹੀਂ ਜਾ ਰਹੀ ਹਾਂ ਮੈਂ ਨਹੀਂ ਮੈਂ ਜਾ ਰਹੀ ਹਾਂ ਤੇਰੇ ਤੋਂ ਬਿਨਾ ਰਹਿਣਾ ਮੈਂ ਵੀ ਨਹੀਂ ਹੁਣ Yeah.